ਸਿਆਸੀ ਪਾਰਟੀਆਂ ਦੇ ਇਸ ਤਰ੍ਹਾਂ ਕੰਪਨੀਆਂ ਦਾ ਫੰਡ ਲੈਣੇ ਕਿੰਨੇ ਕੁ ਜਾਇਜ਼ ਨੇ? ਤੁਹਾਨੂੰ ਨਹੀਂ ਲੱਗਦਾ ਕਿ ਬਾਅਦ ਦੇ ਵਿੱਚ ਫਿਰ ਉਹ ਮਨਮਰਜ਼ੀ ਕਰਦੇ ਨੇ ਅਤੇ ਮਨਮਰਜ਼ੀ ਪਗਾਉਂਦੀਆਂ ਵੀ ਨੇ ਸਰਕਾਰਾਂ ਉਹਨਾਂ ਦੀ? ਪੰਜਾਬ ਦੇ ਵਿੱਚ ਸੜਕਾਂ ਬਣ ਜਾਂਦੀਆਂ ਨੇ, ਮੀਂਹ ਪੱਥਰ ਰੱਖੇ ਜਾਂਦੇ ਨੇ, ਬਾਅਦ 'ਚ ਤਰਾਸਦੀ ਇਹ ਹੁੰਦੀ ਆ ਸੜਕਾਂ ਪਹਿਲਾਂ ਪਾਈਪਾਂ ਵਾਲੇ ਪੱਟਣ ਆ ਜਾਂਦੇ ਨੇ ਫਿਰ ਤਾਰਾਂ ਵਾਲੇ ਪੱਟਣ ਆ ਜਾਂਦੇ ਨੇ। ਕੀ ਆਮ ਆਦਮੀ ਪਾਰਟੀ ਪੰਜਾਬ ਸਾਰੇ ਪਾਸੇ ਗਲਤਾਂ ਨੂੰ ਹੋਇਆ ਪਿਆ, ਨਸ਼ਿਆਂ ਨੂੰ ਲੈ ਕੇ ਦੇਖ ਲਈਏ ਤਾਂ, ਸਿਹਤ ਸਹੂਲਤਾਂ ਨੂੰ ਲੈ ਕੇ ਦੇਖ ਲਈਏ, ਜਾਂ ਆਰਥਿਕ ਪੱਖੋਂ ਪੰਜਾਬੀਆਂ ਦੀ ਅਸੀਂ ਸਥਿਤੀ ਦੇਖ ਲਈਏ ਤਾਂ, ਕੀ ਆਮ ਆਦਮੀ ਪਾਰਟੀ ਕੋਈ ਰੋਡ ਮੈਪ ਜਾਰੀ ਕਰੂਗੀ, ਜਾਂ ਜਿਵੇਂ ਬਾਕੀਆਂ ਰਵਾਇਤੀ ਪਾਰਟੀਆਂ ਸਿਰਫ ਗੱਲਾਂ ਨਾਲ ਜਾਂ ਚੋਣ ਮੈਨੀਫੈਸਟੋ ਜਾਰੀ ਕਰਕੇ ਵੋਟਾਂ ਲੈਂਦੇ ਨੇ, ਇੱਦਾਂ ਹੀ ਲਈਆਂ ਜਾਣਗੀਆਂ? ਬਹੁਤ ਸਾਲਾਂ ਤੋਂ ਅਸੀਂ ਇਹ ਦੇਖਦੇ ਆ ਰਹੇ ਹਾਂ, ਤੁਹਾਡੇ ਪਿਤਾ ਜੀ ਵੀ ਰਾਜਨੀਤੀ ਦੇ ਵਿੱਚ ਸੀਗੇ, ਉਦੋਂ ਇੱਕ ਸਿਆਸਤਦਾਨਾਂ ਦੀ ਇੱਕ ਭਾਸ਼ਾ ਦਾ ਮਿਆਰ ਹੁੰਦਾ ਸੀਗਾ ਗੱਲਬਾਤ ਕਰਨ ਦਾ, ਜੇ ਇੱਕ ਦੂਜੇ ਬਾਰੇ ਗੱਲ ਕਹਿਣੀ ਵੀ ਆ, ਪਰ ਹੁਣ ਕਿਤੇ ਨਾ ਕਿਤੇ ਉਹ ਜਿਹੜਾ ਭਾਸ਼ਾ ਦਾ ਜਿਹੜਾ ਮਿਆਰ ਆ ਉਹ ਗਿਰਦਾ ਜਾ ਰਿਹਾ। ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਜਾਂਦੇ, ਕੇਜਰੀਵਾਲ ਸਾਹਿਬ ਹੋਰੀ ਵੀ ਵਾਅਦੇ ਕਰਕੇ ਗਏ, ਉਦੋਂ ਬਾਅਦ ਅਕਾਲੀ ਦਲ ਨੇ ਕਹਿਤਾ ਕਿ ਅਸੀਂ 300 ਯੂਨਿਟ ਫਰੀ ਦੇਵਾਂਗੇ, ਉਹ 200 ਕਹਿ ਕੇ ਗਏ। ਤੁਹਾਨੂੰ ਕੀ ਲੱਗਦਾ ਜੋ ਪੰਜਾਬ ਦਾ ਵਿੱਤੀ ਹਾਲਾਤ ਨੇ, ਖਜ਼ਾਨੇ ਦੇ ਹਾਲਾਤ ਨੇ, ਜਾਂ ਪੰਜਾਬ ਦੇ ਹਾਲਾਤ ਨੇ, ਜਿਹੜੇ ਫਰੀ ਵਾਲੇ ਵਾਅਦੇ ਕਰਨੇ ਕਿੰਨੇ ਕੁ ਮੁਨਾਸਿਬ ਨੇ, ਅਤੇ ਕੀ ਇਹ ਪੂਰੇ ਕੀਤੇ ਜਾ ਸਕਦੇ ਨੇ ਫਿਊਚਰ ਦੇ ਵਿੱਚ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਵਾਸੀ ਟੀਵੀ ਅਤੇ ਮੈਂ ਹਾਂ ਸਫ਼ਰ ਰੰਧਾਵਾ। 2022 ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੇ ਜਿਹੜੇ ਚੋਣ ਪ੍ਰਚਾਰ ਦੇ ਪ੍ਰੋਗਰਾਮ ਨੇ ਉਹ ਕਰਨੇ ਸ਼ੁਰੂ ਕਰ ਦਿੱਤੇ ਸੀ, ਪਰ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੁੰਦਾ ਜਾ ਰਿਹਾ ਸੀਗਾ। ਹਾਲਾਂਕਿ ਸਿਆਸੀ ਪਾਰਟੀਆਂ ਨੇ ਇੱਕ ਦੂਜੇ 'ਤੇ ਇਲਜ਼ਾਮ ਲਾਏ ਕਿ ਅਕਾਲੀ ਦਲ ਇਹ ਕਹਿੰਦਾ ਨਜ਼ਰ ਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਬੰਦੇ ਕਿਸਾਨਾਂ ਦੇ ਵਿੱਚ ਵੜ ਕੇ ਸਾਡਾ ਵਿਰੋਧ ਕਰ ਰਹੇ ਨੇ। ਪਰ ਇਸ ਸਾਰੇ ਮਸਲੇ ਨੂੰ ਲੈ ਕੇ ਮੋਗਾ ਦੀ ਘਟਨਾ ਤੋਂ ਬਾਅਦ ਜਿੱਥੇ ਪੁਲਿਸ ਅਤੇ ਕਿਸਾਨਾਂ ਵਿਚਾਲੇ ਤਕੜੀ ਝੜਪ ਹੁੰਦੀ ਹੈ, ਤਾਂ ਉਸ ਤੋਂ ਬਾਅਦ ਕਿਸਾਨ ਮੋਰਚੇ ਨੇ, ਸੰਯੁਕਤ ਕਿਸਾਨ ਮੋਰਚੇ ਦੀਆਂ 32 ਜਥੇਬੰਦੀਆਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਦੇ ਲਈ ਬੁਲਾਇਆ, ਜਿਹਦੇ ਵਿੱਚ ਇੱਕ ਫੈਸਲਾ ਲਿਆ ਗਿਆ ਕਿ ਸਿਆਸੀ ਪਾਰਟੀਆਂ ਕਾਹਲ ਕਰ ਰਹੀਆਂ ਨੇ ਪੰਜਾਬ ਦੇ ਵਿੱਚ ਚੋਣਾਂ ਦਾ ਬਿਗਲ ਵਜਾਉਣ ਨੂੰ, ਅਜੇ ਕਾਹਲ ਨਾ ਕਰਨ, ਜਦੋਂ ਚੋਣ ਕਮਿਸ਼ਨ ਨੇ ਇਸ ਚੀਜ਼ ਦਾ ਐਲਾਨ ਕੀਤਾ ਤਾਂ ਉਦੋਂ ਸਿਆਸੀ ਪਾਰਟੀਆਂ ਆਪਣੇ ਸਿਆਸੀ ਪ੍ਰੋਗਰਾਮ ਕਰ ਸਕਦੀਆਂ ਨੇ। ਪਰ ਉਸ ਦਿਨ ਸਾਡੇ ਨਾਲ ਅਮਨ ਅਰੋੜਾ ਜੀ ਨੇ, ਵਿਧਾਇਕ ਨੇ ਸੁਨਾਮ ਤੋਂ। ਅਮਨ ਜੀ, ਉਸ ਦਿਨ ਤੁਸੀਂ ਇਹ ਕਹਿੰਦੇ ਨਜ਼ਰ ਆਏ ਸੀ ਮੀਟਿੰਗ ਕਰਕੇ, ਜਦੋਂ ਤੁਸੀਂ ਮੀਟਿੰਗ ਤੋਂ ਬਾਹਰ ਆਉਂਦੇ ਹੋ, ਕਿ ਇੰਨਾ ਕੁ ਕਿਸਾਨ ਮੋਰਚਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਖਿਆਲ ਰੱਖ ਲਵੇ ਕਿ ਕਿਸੇ ਇੱਕ ਸਿਆਸੀ ਪਾਰਟੀ ਨੂੰ ਫਾਇਦਾ ਨਾ ਪਹੁੰਚੇ, ਅੱਜ ਤੁਸੀਂ ਇਹ ਕਹਿੰਦੇ ਨਜ਼ਰ ਆ ਰਹੇ ਹੋ ਕਿ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਸੀ ਉਹਦੇ ਉੱਪਰ ਪਾਰਟੀਆਂ ਖੜ੍ਹ ਨਹੀਂ ਰਹੀਆਂ, ਕਾਂਗਰਸ ਆ ਜਿਹੜੀ ਪ੍ਰਚਾਰ ਕਰ ਰਹੀ ਆ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਦੀ ਪਾਲਣਾ ਨਹੀਂ ਕਰ ਰਹੀਆਂ, ਕੀ ਤੁਹਾਨੂੰ ਇਹ ਖਦਸ਼ਾ ਸੀਗਾ? ਤੁਸੀਂ ਉਦੋਂ ਬਾਹਰ ਆ ਕੇ ਗੱਲ ਕਹੀ ਸੀ ਕਿ ਕਿਸੇ ਇੱਕ ਸਿਆਸੀ ਪਾਰਟੀ ਨੂੰ ਲਾਹਾ ਨਾ ਦਿੱਤਾ ਜਾਵੇ, ਤੁਹਾਨੂੰ ਕੀ ਲੱਗਦਾ? ਮੈਂ ਜਿਸ ਦਿਨ ਇਹ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਸਾਨੂੰ ਸੱਦਿਆ ਸੀਗਾ, ਉਸ ਦਿਨ ਵੀ ਅਸੀਂ ਆਮ ਆਦਮੀ ਪਾਰਟੀ ਵੱਲੋਂ ਹੱਥ ਜੋੜ ਕੇ ਅਸੀਂ ਉਹਨਾਂ ਨੂੰ ਕਹਿ ਕੇ ਸੀ ਕਿ ਤੁਹਾਡਾ ਹੁਕਮ ਸਿਰ ਮੱਥੇ, ਅਸੀਂ ਪਹਿਲੇ ਦਿਨ ਤੋਂ ਕਿਸਾਨ ਜਥੇਬੰਦੀਆਂ ਦੇ ਨਾਲ ਅਤੇ ਅੰਦੋਲਨ ਦੇ ਨਾਲ ਖੜ੍ਹੇ ਹਾਂ, ਖੜ੍ਹੇ ਸੀ ਅਤੇ ਖੜ੍ਹੇ ਰਹਾਂਗੇ। ਪਰ ਇਹ ਨਹੀਂ ਹੋਣਾ ਚਾਹੀਦਾ ਹੈਗਾ ਕਿ ਤੁਸੀਂ ਸਾਨੂੰ ਪੋਲੀਟੀਕਲ ਪਾਰਟੀਆਂ ਨੂੰ ਤੁਸੀਂ ਰੋਕਤਾ ਅਸੀਂ ਰੁਕ ਜਾਂਦੇ ਹਾਂ, ਪਰ ਇਹ ਨਹੀਂ ਹੋਣਾ ਚਾਹੀਦਾ, ਕਿਉਂਕਿ ਉਸ ਦਿਨ ਹੀ ਅਖਬਾਰ ਦੇ ਵਿੱਚ ਖਬਰ ਛਪੀ ਸੀਗੀ ਕਿ ਕੈਪਟਨ ਅਮਰਿੰਦਰ ਸਿੰਘ ਆਪਣਾ ਵੋਟਰ ਆਊਟਰੀਚ ਪ੍ਰੋਗਰਾਮ ਹੈ ਜਿਹੜਾ ਉਹ 13 ਸਪਟੈਂਬਰ ਤੋਂ ਸ਼ੁਰੂ ਕਰਨ ਜਾ ਰਹੇ ਨੇ। ਮੈਂ ਕਿਹਾ ਇਹ ਨਹੀਂ ਹੋਣਾ ਚਾਹੀਦਾ ਹੈਗਾ ਕਿ ਸਾਨੂੰ ਤਾਂ ਤੁਸੀਂ ਰੋਕ ਦਿਓ, ਅਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ 4.5 ਸਾਲਾਂ ਦੇ ਆਪਦੇ ਸ਼ਾਹੀ ਕੁਆਰੰਟਾਈਨ ਦੇ ਵਿੱਚ ਅੰਦਰ ਵੜੇ ਰਹੇ, ਹੁਣ 3 ਮਹੀਨੇ ਰਹਿ ਗਏ ਵੋਟਾਂ ਦੇ ਵਿੱਚ, ਜੇ ਅੱਜ ਬਾਹਰ ਨਿਕਲ ਕੇ ਉਹ ਵੋਟਰ ਆਊਟਰੀਚ ਪ੍ਰੋਗਰਾਮ ਕਰਦੇ ਨੇ ਅਤੇ ਇਹਦਾ ਮਤਲਬ ਉਹ 2022 ਦੇ ਵਿੱਚ ਕਾਂਗਰਸ ਪਾਰਟੀ ਦੀਆਂ ਦੇ ਲਈ ਵੋਟਾਂ ਇਕੱਠੀਆਂ ਕਰਨ ਦੇ ਲਈ ਕਰ ਰਹੇ ਨੇ, 4.5 ਸਾਲ ਤਾਂ ਕੀਤਾ ਕੁਛ ਨਾ, ਹੁਣ ਜਾਂ ਤਾਂ ਤੁਸੀਂ ਸਾਨੂੰ ਵੀ ਅਲਾਓ ਕਰ ਦਿਉ ਅਤੇ ਜਾਂ ਤੁਸੀਂ ਉਹਨਾਂ ਨੂੰ ਵੀ ਰੋਕ ਦਿਉ। ਇਹ ਮੈਂ ਗੱਲ ਉਸ ਦਿਨ ਵੀ ਬੜੇ ਸਪੱਸ਼ਟ ਸ਼ਬਦਾਂ ਦੇ ਵਿੱਚ ਮੈਂ ਬੇਨਤੀ ਕਰਕੇ ਆਇਆ ਸੀਗਾ ਅਤੇ ਉਸ ਸਮੇਂ ਉਹਨਾਂ ਨੇ ਵੀ ਮੇਰੀ ਗੱਲ ਨੂੰ ਬੜਾ ਜਾਇਜ਼ ਮੰਨਿਆ ਸੀਗਾ, ਪਰ ਮੈਨੂੰ ਤਕਲੀਫ ਇਸ ਗੱਲ ਦੀ ਹੋਈ
ਕਿ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੇ ਦੋ ਜਗ੍ਹਾ ਗੜਸ਼ੰਕਰ ਅਤੇ ਨਵਾਂਸ਼ਹਿਰ ਨੇ ਜਿਹੜੇ ਉਹ ਆਪਣੇ ਪ੍ਰੋਗਰਾਮ ਕੀਤੇ ਨੇ ਹੁਸ਼ਿਆਰਪੁਰ ਔਰ ਨਵਾਂਸ਼ਹਿਰ, ਅਤੇ ਜਦੋਂ ਉਹਨਾਂ ਨੂੰ ਜੇ ਪ੍ਰੋਗਰਾਮ ਨੇ ਮੈਂ ਇਹ ਕਿਹਾ ਸੀਗਾ ਕਿ ਅਸੀਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਬਾਈ 'ਚ ਸਰਕਾਰ ਬਣਾਉਣਾ ਚਾਹੁੰਦੇ ਹਾਂ ਜਾਂ ਅਤੇ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਆ, ਇੱਕ ਸਿੰਗਲ ਪਲੈਟਫਾਰਮ ਦੇ ਉੱਪਰ ਟ੍ਰੀਟ ਕੀਤਾ ਜਾਵੇ। ਪਰ ਜੋ ਮੈਂ ਕਿਹਾ ਸੀਗਾ, ਜੋ ਖਦਸ਼ਾ ਪ੍ਰਗਟ ਕੀਤਾ ਸੀਗਾ, ਉਹੀ ਹੋ ਗਿਆ। ਉਹਨਾਂ ਨੇ ਪ੍ਰੋਗਰਾਮ ਕੀਤੇ ਨੇ, ਹੁਣ ਅਸੀਂ ਪੌਣੇ 5 ਸਾਲ ਜਿਹੜੇ ਲੋਕਾਂ ਦੇ ਮੁੱਦੇ ਚੱਕ ਕੇ ਸਰਕਾਰ ਨੂੰ ਘੇਰਦੇ ਰਹੇ, ਸਾਨੂੰ ਪ੍ਰੋਗਰਾਮ ਕਰਨ ਦੀ ਮਨਾਹੀ ਹੈ। ਅਤੇ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਪੌਣੇ 5 ਸਾਲ ਹੀ ਕਿਸਾਨਾਂ ਦੀਆਂ ਅਤੇ ਬਾਕੀ ਸਾਰੇ ਵਰਗਾਂ ਦੇ ਉੱਪਰ ਡਾਂਗਾਂ ਬਣਾਈਆਂ ਨੇ, ਅਤੇ ਜਿਨ੍ਹਾਂ ਨੇ ਘਰ ਘਰ ਕਿਸਾਨੀ ਕਰਜ਼ੇ ਮਾਫ਼ ਕਰਨ ਦੀ ਗੱਲ ਕੀਤੀ ਸੀਗੀ, ਉਹਨਾਂ ਨੂੰ ਪ੍ਰੋਗਰਾਮ ਕਰਨ ਲਈ ਉਹ ਜਾ ਰਹੇ ਨੇ, ਅਤੇ ਸਾਨੂੰ ਰੋਕ ਦਿੱਤਾ ਗਿਆ, ਇਹ ਜਾਇਜ਼ ਨਹੀਂ ਹੈ। ਹਾਲਾਂਕਿ ਜ਼ਬਾਨੀ ਜਿਹੜਾ ਵਿਰੋਧ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਗਿਆ, ਜ਼ਮੀਨੀ ਪੱਧਰ 'ਤੇ ਕੋਈ ਆ ਕੇ ਵਿਰੋਧ ਜਾਂ ਕਾਂਗਰਸ ਪਾਰਟੀ ਨੂੰ ਪ੍ਰੋਗਰਾਮ ਨਾ ਕਰਨ ਤੋਂ ਕੋਈ ਮਤਲਬ ਕਿ ਹਜੇ ਤੱਕ ਇੱਦਾਂ ਦੀ ਚੀਜ਼ ਸਾਹਮਣੇ ਨਹੀਂ ਆਈ, ਕਿਵੇਂ ਦੇਖਦੇ ਹੋ ਕਿ ਜ਼ਬਾਨੀ ਵਿਰੋਧ ਹੋ ਰਿਹਾ, ਜ਼ਮੀਨੀ ਪੱਧਰ 'ਤੇ ਆ ਕੇ ਕੋਈ ਵਿਰੋਧ ਨਹੀਂ ਕੀਤਾ ਜਾ ਰਿਹਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਫਿਲਹਾਲ ਦੀ ਘੜੀ? ਉਹੀ ਤਾਂ ਗੱਲ ਮੈਂ ਕਹਿ ਰਿਹਾ ਨਾ ਜੀ, ਕਿ ਜਦੋਂ ਕੋਈ ਹੋਰ ਪੋਲੀਟੀਕਲ ਪਾਰਟੀ ਪ੍ਰੋਗਰਾਮ ਕਰਦੀ ਹੈ ਅਤੇ ਉਦੋਂ ਜ਼ਮੀਨੀ ਪੱਧਰ ਦੇ ਉੱਪਰ ਵਿਰੋਧ ਹੁੰਦਾ, ਕਈ ਥਾਵਾਂ ਦੇ ਉੱਪਰ ਅਣਸਖਾਵੀਆਂ ਘਟਨਾਵਾਂ ਨੇ ਜਿਹੜੀਆਂ ਉਹ ਵੀ ਹੋ ਗਈਆਂ, ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪ੍ਰੋਗਰਾਮ ਦਾ ਇਕੱਲਾ ਜ਼ਬਾਨੀ ਵਿਰੋਧ, ਇਹ ਤਾਂ ਜਾਇਜ਼ ਨਹੀਂ ਹੈ ਨਾ। ਇੱਕ ਸਿੰਗਲ ਲੈਵਲ ਪਲੇਇੰਗ ਫੀਲਡ ਹੋਣਾ ਚਾਹੀਦਾ। ਇੱਕ ਪੰਜਾਬ ਦੀ ਅਮਨ ਇਹ ਤਰਾਸਦੀ ਰਹੀ ਹੈ ਜੀ ਕਿ ਪੰਜਾਬ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਕੋਈ ਰੋਡ ਮੈਪ ਜਾਰੀ ਨਹੀਂ ਕਰਦੀਆਂ ਪੰਜਾਬ ਦੇ ਵਿਕਾਸ ਦੇ ਕੰਮਾਂ ਨੂੰ ਲੈ ਕੇ, ਪੰਜਾਬ ਦੇ ਵਿੱਚ ਸੜਕਾਂ ਬਣ ਜਾਂਦੀਆਂ ਨੇ, ਨੀਂਹ ਪੱਥਰ ਰੱਖੇ ਜਾਂਦੇ ਨੇ, ਬਾਅਦ 'ਚ ਤਰਾਸਦੀ ਇਹ ਹੁੰਦੀ ਆ ਸੜਕਾਂ ਪਹਿਲਾਂ ਪਾਈਪਾਂ ਵਾਲੇ ਪੱਟਣ ਆ ਜਾਂਦੇ ਨੇ ਫਿਰ ਤਾਰਾਂ ਵਾਲੇ ਪੱਟਣ ਆ ਜਾਂਦੇ ਨੇ, ਕਿ ਆਮ ਆਦਮੀ ਪਾਰਟੀ ਪੰਜਾਬ ਸਾਰੇ ਪਾਸਿਓਂ ਗਲਤਾਨ ਹੋਇਆ ਪਿਆ, ਨਸ਼ਿਆਂ ਨੂੰ ਲੈ ਕੇ ਦੇਖ ਲਈਏ ਤਾਂ, ਸਿਹਤ ਸਹੂਲਤਾਂ ਨੂੰ ਲੈ ਕੇ ਦੇਖ ਲਈਏ ਜਾਂ ਆਰਥਿਕ ਪੱਖੋਂ ਪੰਜਾਬੀਆਂ ਦੀ ਅਸੀਂ ਸਥਿਤੀ ਦੇਖ ਲਈਏ, ਤਾਂ ਕਿ ਆਮ ਆਦਮੀ ਪਾਰਟੀ ਕੋਈ ਰੋਡ ਮੈਪ ਜਾਰੀ ਕਰੂਗੀ ਜਾਂ ਜਿਵੇਂ ਬਾਕੀਆਂ ਰਵਾਇਤੀ ਪਾਰਟੀਆਂ ਸਿਰਫ ਗੱਲਾਂ ਨਾਲ ਜਾਂ ਚੋਣ ਮੈਨੀਫੈਸਟੋ ਜਾਰੀ ਕਰਕੇ ਵੋਟਾਂ ਲੈਂਦੇ ਨੇ, ਇੱਦਾਂ ਹੀ ਲਈਆਂ ਜਾਣਗੀਆਂ? ਤੁਸੀਂ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਤੁਸੀਂ ਆਪਦੇ ਪੰਜਾਬ ਦੇ 70 ਸਾਲ ਦੇ ਐਕਸਪੀਰੀਅੰਸ ਤੋਂ ਬੋਲ ਰਹੇ ਹੋ, ਉਹ ਤੋਂ ਇਹ ਸਵਾਲ ਕਰ ਰਹੇ ਹੋ। ਸਾਡਾ ਹਜੇ, ਕਿਉਂਕਿ ਸਾਨੂੰ ਆਮ ਆਦਮੀ ਪਾਰਟੀ ਨੂੰ ਮੌਕਾ ਨਹੀਂ ਮਿਲਿਆ ਹੈਗਾ, ਸੋ ਇਸ ਕਰਕੇ ਜਿਵੇਂ ਕਹਿੰਦੇ ਨੇ ਜਾਂ ਰਾਹ ਪਿਆ ਜਾਣੀ ਹੈ ਜਾਂ ਵਾਹ ਪਿਆ ਜਾਣੀ ਹੈ, ਤੁਸੀਂ ਸਾਡਾ ਰੋਡ ਮੈਪ ਕੀ ਹੋਏਗਾ? ਮੈਂ ਬਾਕੀ ਗੱਲਾਂ ਤਾਂ ਛੱਡੋ, ਪੰਜਾਬ ਦੇ ਜਿੰਨੇ ਕੁ ਇਸ਼ੂ ਹੈਗੇ, ਚਾਹੇ ਜਵਾਨੀ ਦਾ, ਕਿਸਾਨੀ ਦਾ, ਇੰਡਸਟਰੀ ਦਾ, ਹੈਲਥ ਔਰ ਐਜੂਕੇਸ਼ਨ ਦਾ, ਪੰਜਾਬ ਦੇ ਵਪਾਰੀਆਂ ਦਾ, ਪੰਜਾਬ ਦੇ ਖਜ਼ਾਨੇ ਦਾ, ਇਹ ਸਾਰੇ ਇਸ਼ੂਜ਼ ਨੇ ਜਿਹੜੇ, ਉਹਦੇ ਤੁਸੀਂ ਇੱਕ ਦਿਨ ਡਿਟੇਲਡ ਪ੍ਰੋਗਰਾਮ ਰੱਖ ਲਓ। ਸਾਡਾ ਜਿਹੜਾ ਰੋਡ ਮੈਪ ਹੈ ਉਹ ਤੁਹਾਨੂੰ ਵਿਸਤਾਰ ਦੇ ਵਿੱਚ ਉਹ ਅਸੀਂ ਦੱਸਾਂਗੇ ਕਿ ਕੀ ਪੰਜਾਬ ਦੇ ਹਾਲਾਤ ਨੇ। ਇਹ ਵੀ ਛੱਡ ਦਿਉ ਕਿ ਉਹਨਾਂ ਨੂੰ, ਪੰਜਾਬ ਨੂੰ ਉਹਨਾਂ ਹਾਲਾਤਾਂ ਦੇ ਵਿੱਚ ਪਹੁੰਚਾਉਣ ਦੇ ਲਈ ਜ਼ਿੰਮੇਵਾਰ ਅਕਾਲੀ ਨੇ ਕਿ ਕਾਂਗਰਸੀ ਨੇ, ਉਹ ਵੀ ਛੱਡ ਦਿਉ, ਪਰ ਇਸ ਤੋਂ ਅੱਗੇ ਕਿਵੇਂ ਵਧਣਾ, ਪੰਜਾਬ ਨੂੰ ਮੁੜ ਦੁਆਰਾ ਪੰਜਾਬ ਕਿਵੇਂ ਬਣਾਉਣਾ, ਇਹ ਤੁਹਾਡੇ ਨਾਲ ਅਸੀਂ ਆਪਦਾ ਰੋਡ ਮੈਪ ਸ਼ੇਅਰ ਕਰਾਂਗੇ। ਅਤੇ ਮੈਨੂੰ ਖੁਸ਼ੀ ਇਸ ਗੱਲ ਦੀ ਹੋਊਗੀ ਕਿ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਅਤੇ ਸਰ ਸੁਖਬੀਰ ਸਿੰਘ ਬਾਦਲ ਜੀ ਉਹਨਾਂ ਨੂੰ ਵੀ ਬੁਲਾਓ, ਅਤੇ ਉਹ ਵੀ ਆਪਣੀ ਗੱਲ ਹੈ ਜਿਹੜੀ ਉਹ ਰੱਖ ਸਕਣ, ਤਾਂ ਕਿ ਪੰਜਾਬ ਦੇ ਲੋਕ ਅਤੇ ਪ੍ਰਵਾਸੀ ਲੋਕ ਨੇ ਜਿਹੜੇ ਉਹ ਚੂਜ਼ ਕਰ ਸਕਣ ਕਿ ਕਿਹੜੀ ਪੋਲੀਟੀਕਲ ਪਾਰਟੀ ਉਹਨਾਂ ਦੇ ਵੋਟ ਦੀ ਹੱਕਦਾਰ ਹੈ, ਕਿਹੜੀ ਪੋਲੀਟੀਕਲ ਪਾਰਟੀ ਦੇ ਮਨ ਦੇ ਵਿੱਚ ਦਰਦ ਹੈ, ਨੀਅਤ ਹੈ, ਰਣਨੀਤੀ ਹੈ ਪੰਜਾਬ ਨੂੰ ਦੁਬਾਰਾ ਮੁੜ ਕੇ ਲੀਹਾਂ ਦੇ ਉੱਪਰ ਚੜ੍ਹਾਉਣ ਦੀ। ਜੀ, ਤੁਹਾਡੇ ਜਿਹੜੇ ਚੋਣ ਵਾਅਦੇ ਹੋਣਗੇ, ਜਿਹਨੂੰ ਅਸੀਂ ਚੋਣ ਮਨੋਰਥ ਪੱਤਰ ਜਾਂ ਚੋਣ ਮੈਨੀਫੈਸਟੋ ਕਹਿ ਦਿੰਦੇ ਹਾਂ, ਹਾਲਾਂਕਿ ਕਿਸਾਨ ਆਗੂ ਨੇ ਕਿਹਾ ਕਿ ਅਸੀਂ ਸਾਰੀਆਂ ਪਾਰਟੀਆਂ ਨਾਲ ਇਹ ਗੱਲ ਰੱਖੀ ਹੈ ਕਿ ਆਪਣੇ ਜਿਹੜੇ ਚੋਣ ਮੈਨੀਫੈਸਟੋ ਨੇ ਉਹਨਾਂ ਨੂੰ ਇੱਕ ਲੀਗਲ ਦਸਤਾਵੇਜ਼ ਬਣਾਇਆ ਜਾਵੇ, ਕਾਨੂੰਨੀ ਦਸਤਾਵੇਜ਼ ਬਣਾਇਆ ਜਾਵੇ, ਕਿ ਆਮ ਆਦਮੀ ਪਾਰਟੀ ਵੱਲੋਂ ਕੋਈ ਇੱਦਾਂ ਦੀ ਪਹਿਲ ਹੋਊਗੀ?
ਅਸੀਂ ਤਾਂ ਪਹਿਲਾਂ ਹੀ ਬੜੀ ਵਾਰੀ ਕਹਿ ਚੁੱਕੇ ਹਾਂ ਜੀ, ਇਹ ਤਾਂ ਅਸੀਂ ਸੈਂਟਰ ਲੈਵਲ ਦੇ ਉੱਪਰ ਵੀ, ਸਟੇਟ ਦੇ ਉੱਪਰ ਵੀ ਅਸੀਂ ਤਾਂ ਕਈ ਵਾਰੀ ਕਹਿ ਚੁੱਕੇ ਕਿ ਪੰਜਾਬ ਦੇ ਕੀ ਪੂਰੇ ਮੁਲਕ ਦੇ ਲੋਕ ਨੇ ਜਿਹੜੇ ਉਹ ਠੱਗਿਆ ਹੋਇਆ ਮਹਿਸੂਸ ਕਰਦੇ ਨੇ, ਕਿਉਂਕਿ ਪਹਿਲਾਂ ਝੂਠੇ ਵਾਅਦੇ, ਝੂਠੇ ਜੁਮਲੇ ਅਤੇ ਝੂਠੀਆਂ ਸਹੁੰਆਂ ਨੇ ਜਿਹੜੀਆਂ ਉਹ ਖਾ ਕੇ ਸੱਤਾ ਦੇ ਵਿੱਚ ਪਹੁੰਚ ਜਾਂਦੀਆਂ ਨੇ ਪਾਰਟੀਆਂ ਦੇ ਲੀਡਰ, ਅਤੇ ਮੁੜ ਕੇ ਉਹਨਾਂ ਨੂੰ ਠੇਂਗਾ ਜਿਹੜਾ ਉਹ ਦਿਖਾ ਦਿੰਦੀਆਂ ਨੇ, ਮੁੜ ਕੇ ਸਹੁੰਆਂ ਤੋਂ ਵੀ ਮੁੱਕਰ ਜਾਂਦੇ ਨੇ। ਇਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ, ਉਹਦੀ ਲੀਗਲ ਸੈਂਕਟੀਟੀ ਹੋਣੀ ਚਾਹੀਦੀ ਹੈ, ਅਤੇ ਇੱਕ ਪ੍ਰੋਪਰ ਟਾਈਮ ਟੇਬਲ ਫਰੇਮਵਰਕ ਹੋਣਾ ਚਾਹੀਦਾ ਕਿ ਕਿਹੜਾ ਵਾਅਦਾ ਕਿੰਨੇ ਸਮੇਂ ਦੇ ਵਿੱਚ ਪੂਰਾ ਹੋ ਜੂਗਾ। ਜਿਹੜੀ ਕੋਈ ਪੋਲੀਟੀਕਲ ਪਾਰਟੀ ਉਸ ਸਮੇਂ ਸੀਮਾ ਮੁਤਾਬਕ ਆਪਦੇ ਵਾਅਦੇ ਪੂਰੇ ਨਹੀਂ ਕਰਦੀ ਹੈਗੀ, ਅਤੇ ਉਹਨਾਂ ਨੂੰ ਉਹਨਾਂ ਦੇ ਉੱਪਰ ਬਾਰ ਹੋਣੀ ਚਾਹੀਦੀ ਹੈ, ਉਹਨਾਂ ਨੂੰ ਡੀਬਾਰ ਕਰ ਦੇਣਾ ਚਾਹੀਦਾ ਅਗਲੀਆਂ ਇਲੈਕਸ਼ਨਾਂ ਲੜਨ ਦੇ ਵਿੱਚ। ਆਮ ਆਦਮੀ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ, ਆਮ ਆਦਮੀ ਪਾਰਟੀ ਨੂੰ ਗਰਾਊਂਡ ਲੈਵਲ 'ਤੇ ਇਸ ਕਿੰਨਾ ਕੁ ਪ੍ਰਭਾਵ ਪਿਆ ਇਸ ਫੈਸਲੇ ਦਾ, ਕਿਉਂਕਿ ਤੁਸੀਂ ਅਜੇ ਲੋਕਾਂ 'ਚ ਜਾਣਾ ਸੀਗਾ, ਲੋਕਾਂ ਦੇ ਵਿੱਚ ਆਪਣੀਆਂ ਬਹੁਤ ਸਾਰੀਆਂ ਵਿਕਾਸ ਦੇ ਕੰਮਾਂ ਦੀਆਂ ਜਿਹੜੀਆਂ ਆਉਣ ਫਿਊਚਰ ਦੀਆਂ ਗੱਲਾਂ ਰੱਖਣੀਆਂ ਸੀਗੀਆਂ, ਕਿੰਨੇ ਕੁ ਜਿਹੜੇ ਪ੍ਰੋਗਰਾਮ ਨੇ ਉਹ ਤੁਹਾਨੂੰ ਜਾਂ ਪ੍ਰੋਗਰਾਮਾਂ ਦਾ ਢਾਂਚਾ ਤੁਹਾਨੂੰ ਰੱਦ ਕਰਨਾ ਪਿਆ? ਨਹੀਂ ਦੇਖੋ, ਇਸ ਤਰ੍ਹਾਂ ਹੈ ਕਿ ਜਦੋਂ ਇਲੈਕਸ਼ਨਾਂ ਸਿਰ 'ਤੇ ਹੋਣ, ਪੋਲੀਟੀਕਲ ਪਾਰਟੀਆਂ ਨੇ, ਲੀਡਰਾਂ ਨੇ ਲੋਕਾਂ ਦੇ ਵਿੱਚ ਤਾਂ ਜਾਣਾ ਹੀ ਹੁੰਦਾ, ਜਦੋਂ ਤੁਸੀਂ ਲੋਕਾਂ ਦੇ ਵਿੱਚ ਜਾਣ ਦੀ ਹੀ ਤੁਹਾਨੂੰ ਮਨਾਹੀ ਹੋਊਗੀ, ਅਤੇ ਅਸੀਂ ਆਪਣਾ ਏਜੰਡਾ ਉਹ ਕਿਵੇਂ ਲੈ ਕੇ ਜਾਵਾਂਗੇ। ਜਿਹੜਾ ਤੁਸੀਂ ਇਸ ਤੋਂ ਪਹਿਲਾਂ ਸਵਾਲ ਕੀਤਾ ਕਿ ਤੁਹਾਡਾ ਵਿਜ਼ਨ ਕੀ ਹੈ, ਤੁਹਾਡਾ ਰੋਡ ਮੈਪ ਕੀ ਹੈ, ਜੇ ਭਾਈ ਸਾਹਿਬ ਮੈਂ ਇੱਥੇ ਘਰੀ ਬੈਠਾ ਤਾਂ ਮੈਂ ਜਾ ਕੇ ਕਿਹਨੂੰ ਆਪਦਾ ਅਤੇ ਆਪਦੀ ਪਾਰਟੀ ਦਾ ਰੋਡ ਮੈਪ ਦੱਸੂੰਗਾ? ਜੇ ਮੈਂ ਬਾਹਰ ਜਾਊਂਗਾ, ਘਰੋਂ ਬਾਹਰ ਨਿਕਲੂੰਗਾ, ਲੋਕਾਂ ਨਾਲ ਗੱਲ ਕਰੂੰਗਾ, ਤਾਂ ਹੀ ਆਪਦਾ ਰੋਡ ਮੈਪ ਦੱਸ ਸਕੂੰਗਾ। ਅਤੇ ਜੇ ਦੱਸ ਹੀ ਨਾ ਸਕੇ, ਤਾਂ ਇਹਦਾ ਮਤਲਬ ਤਾਂ ਇਹਦਾ ਲੋਕਾਂ ਨਾਲ ਵੀ ਧੱਕਾ ਹੈ ਕਿ ਉਹਨਾਂ ਨੂੰ ਪੋਲੀਟੀਕਲੀ ਕਿੰਨੀਆਂ ਆਪਸ਼ਨਸ ਮਿਲ ਰਹੀਆਂ ਨੇ, ਉਹ ਉਹਨਾਂ ਆਪਸ਼ਨਸ ਹੀ ਨਹੀਂ ਪਤਾ ਲੱਗਣੀਆਂ ਹੈਗੀਆਂ, ਉਹ ਚੂਜ਼ ਹੀ ਨਹੀਂ ਕਰ ਪਾਉਣੇ ਹੈਗੇ, ਅਤੇ ਉਹੀ ਜਿਹੜੇ ਕੈਪਟਨ ਸਾਹਿਬ ਅੱਜ ਪ੍ਰੋਗਰਾਮ ਕਰਦੇ ਫਿਰਦੇ ਨੇ, ਫਿਰ ਉਹਨਾਂ ਦੇ ਪਲੇਚੇ 'ਚ ਫਸ ਜਾਣਗੇ। ਸੋ ਇਸ ਕਰਕੇ ਉਹਦਾ ਨੁਕਸਾਨ ਤਾਂ ਡੈਫੀਨੇਟਲੀ ਹੁੰਦਾ ਜਦੋਂ ਇਲੈਕਸ਼ਨਾਂ ਦੇ ਨੇੜੇ ਜੇ ਪੋਲੀਟੀਕਲ ਐਕਟੀਵਿਟੀ ਨੂੰ ਹਿੰਡਰੈਂਸ ਹੋਵੇ। ਤੁਹਾਨੂੰ ਕੀ ਲੱਗਦਾ ਜਿਹੜੀ ਵੋਟ ਹੈ ਜਥੇਬੰਦੀਆਂ ਦੀ, ਹੁਣ ਤਾਂ ਉਹ ਸਿਰਫ ਸੈਂਟਰ ਨਾਲ ਲੜਾਈ ਚੱਲ ਰਹੀ ਹੈ, ਸੈਂਟਰ ਨਾਲ ਤਿੰਨ ਕਾਲੇ ਕਾਨੂੰਨ ਲੈ ਕੇ ਲੜ ਰਹੇ ਨੇ, ਜਦੋਂ ਪੰਜਾਬ ਆਉਣਗੇ ਜੇ ਕੋਈ ਫੈਸਲਾ ਨਹੀਂ ਲਿਆ ਜਾਂਦਾ ਤਾਂ ਤੁਹਾਡੇ ਨਾਲ ਤਾਂ ਫਿਰ ਇਸ ਹਿਸਾਬ 'ਤੇ ਬਹੁਤ ਧੱਕਾ ਹੋ ਜਾਊਗਾ, ਜੇਕਰ ਉਹ ਕੋਈ ਸਿਆਸੀ ਫੈਸਲਾ ਨਹੀਂ ਲੈਂਦੀਆਂ ਕਿਸਾਨ ਜਥੇਬੰਦੀਆਂ, ਜੇ ਉਹ ਆਪ ਵੀ ਚੋਣਾਂ ਦੇ ਵਿੱਚ ਕੁੱਦੀਆਂ ਨੇ ਤਾਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ, ਪੰਜਾਬ ਦੇ ਸਿਆਸੀ ਭਵਿੱਖ ਨੂੰ ਕਿਵੇਂ ਦੇਖਦੇ? ਨਹੀਂ ਨਹੀਂ ਚਲੋ, ਇਹ ਤਾਂ ਦੇਖੋ ਉਹਨਾਂ ਦਾ ਆਪਦਾ ਜ਼ਾਤੀ ਤੌਰ 'ਤੇ ਫੈਸਲਾ ਹੋਊਗਾ, ਮੈਂ ਤਾਂ ਇਹਦੇ ਬਾਰੇ ਕੁਛ ਨਹੀਂ ਕਹਿ ਸਕਦਾ ਹੈਗਾ। ਉਹਨਾਂ ਨੇ ਮੋਰਚਾ ਜਿਹੜਾ ਬੜਾ ਲੰਮਾ ਸਮਾਂ ਬੜੇ ਸੋਹਣੇ ਸੁਚੱਜੇ ਤਰੀਕੇ ਦੇ ਨਾਲ ਚਲਾਇਆ, ਅਤੇ ਸ਼ਾਇਦ ਪਹਿਲੀ ਵਾਰੀ ਹੋਇਆ ਹੋਊਗਾ ਕਿ ਜੇ ਕੇਂਦਰ ਦੀ ਮੋਦੀ ਸਰਕਾਰ ਨੂੰ ਕੋਈ ਸਿੰਗਾਂ ਤੋਂ ਫੜ ਸਕਿਆ ਤਾਂ ਪੰਜਾਬ ਹਰਿਆਣਾ ਦੇ ਕਿਸਾਨ ਨੇ ਜਿਹੜੇ ਉਹਨਾਂ ਨੇ ਫੜਿਆ। ਬਾਕੀ ਪੋਲੀਟੀਕਲ ਫੈਸਲਾ ਤਾਂ ਉਹਨਾਂ ਨੇ ਆਪ ਲੈਣਾ, ਅਸੀਂ ਤਾਂ ਆਪਣੀ ਆਮ ਆਦਮੀ ਪਾਰਟੀ ਦੀ ਸਾਡੀ ਆਈਡਿਆਲੋਜੀ ਕੀ ਹੈ, ਸਾਡੇ ਰੋਡ ਮੈਪ ਕੀ ਹੈ, ਇਸ ਤਰ੍ਹਾਂ ਲੋਕਾਂ ਦਾ ਖੋਹ ਲੈ ਕੇ ਜਾਣਾ, ਅਤੇ ਲੋਕਾਂ ਨੂੰ ਐਕਸੈਪਟ ਕਰਨਾ ਜਾਂ ਰਿਜੈਕਟ ਕਰਨਾ, ਇਹ ਤਾਂ ਉਹਨਾਂ ਦੀ ਇੱਛਾ। ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਜਾਂਦੇ, ਕੇਜਰੀਵਾਲ ਸਾਹਿਬ ਹੋਰੀ ਵੀ ਵਾਅਦੇ ਕਰਕੇ ਗਏ, ਉਸ ਤੋਂ ਬਾਅਦ ਅਕਾਲੀ ਦਲ ਨੇ ਕਹਿਤਾ ਕਿ ਅਸੀਂ 300 ਯੂਨਿਟ ਫਰੀ ਦੇਵਾਂਗੇ, ਉਹ 200 ਕਹਿ ਕੇ ਗਏ। ਤੁਹਾਨੂੰ ਕੀ ਲੱਗਦਾ ਜੋ ਪੰਜਾਬ ਦਾ ਵਿੱਤੀ ਹਾਲਾਤ ਨੇ, ਖਜ਼ਾਨੇ ਦੇ ਹਾਲਾਤ ਨੇ ਜਾਂ ਪੰਜਾਬ ਦੇ ਹਾਲਾਤ ਨੇ, ਜਿਹੜੇ ਫਰੀ ਵਾਲੇ ਵਾਅਦੇ ਕਰਨੇ ਕਿੰਨੇ ਕੁ ਮੁਨਾਸਿਬ ਨੇ, ਅਤੇ ਕੀ ਇਹ ਪੂਰੇ ਕੀਤੇ ਜਾ ਸਕਦੇ ਨੇ ਫਿਊਚਰ ਦੇ ਵਿੱਚ? ਦੇਖੋ, ਇਸ ਤਰ੍ਹਾਂ ਹੈ ਕਿ ਨਾ ਸਾਰਾ ਕੁਝ ਫਰੀ ਚੱਲਦਾ ਹੁੰਦਾ, ਨਾ ਹੀ ਹਰੇਕ ਚੀਜ਼ ਚਾਰਜਡ ਹੁੰਦੀ ਹੈ। ਜਦੋਂ ਕੁਛ ਕੁ ਚੀਜ਼ਾਂ ਨੇ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ ਉਹਨਾਂ ਨੂੰ ਇੱਕ ਲਿਮਿਟ ਤੱਕ, ਤਾਂ ਜੇ ਤੁਸੀਂ ਫਰੀ ਬੀਜ ਜਾਂ ਕ੍ਰੋਸ ਸਬਸਿਡਾਈਜ਼ ਕਰਦੇ ਹੋ ਤਾਂ ਉਹ ਤਾਂ ਸਮਝ ਆਉਂਦੀ ਹੈ, ਪਰ ਜੇ ਜ਼ਿਆਦਾ ਕਰੋਗੇ ਤਾਂ ਉਹ ਵੀ ਲੋਕਾਂ ਦਾ ਬੋਝ ਲੋਕਾਂ ਦੇ ਸਿਰ ਉੱਪਰ ਹੀ ਪੈਣਾ। ਅਸੀਂ ਜਿਹੜੀ ਪਿਛਲੇ ਸਮੇਂ 'ਚ ਅਰਵਿੰਦ ਕੇਜਰੀਵਾਲ ਜੀ ਆਏ, ਉਹਨਾਂ ਨੇ 300 ਯੂਨਿਟ ਪ੍ਰਤੀ ਫੈਮਿਲੀ ਪ੍ਰਤੀ ਮਹੀਨਾ ਫਰੀ ਦਾ ਅਨਾਊਂਸ ਕੀਤਾ। ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਸਾਡੇ ਇਸ ਫੈਸਲੇ ਦੇ ਨਾਲ, ਅਰਵਿੰਦ ਜੀ ਦੀ ਇਸ ਅਨਾਊਂਸਮੈਂਟ ਦੇ ਨਾਲ, ਇੱਕ ਨਵੇਂ ਪੈਸਾ ਵੀ ਬੋਝ ਹੈ ਜਿਹੜਾ ਉਹ ਪੰਜਾਬ ਦੀ ਜਨਤਾ ਦੇ ਉੱਪਰ ਨਹੀਂ ਪੈਣਾ। ਉਹ ਇਸ ਕਰਕੇ ਨਹੀਂ ਪੈਣਾ ਕਿਉਂਕਿ ਅੱਜ ਪੰਜਾਬ ਦੇ ਜਦੋਂ ਬਿਜਲੀ ਪਾਵਰ ਸੈਕਟਰ ਦੇਖਦੇ ਹਾਂ ਆਪਾਂ, ਉਹਦੇ 'ਚ ਤਕਰੀਬਨ 6-7 ਹਜ਼ਾਰ ਕਰੋੜ ਰੁਪਏ ਦਾ ਘਪਲਾ ਘਟਾਲਾ, ਉਹਦੇ ਜਿਹੜੀ ਪਿਲਫਰੇਜਿਸ, ਉਹਦਾ ਜਿਹੜਾ ਪੈਸਾ ਡਾਊਨ ਦ ਡਰੇਨ ਚਲਾ ਜਾਂਦਾ, ਵੇਸਟ ਹੋ ਜਾਂਦਾ, ਜਿਹੜੀ ਲੀਕੇਜ ਹੋ ਜਾਂਦੀ ਹੈ ਉਹ ਉਸ ਤਰੀਕੇ ਦੇ ਨਾਲ
6-7,000 ਕਰੋੜ ਦਾ ਨੁਕਸਾਨ ਹੋ ਜਾਂਦਾ ਹੈ। ਉਹ ਚਾਹੇ 3 ਥਰਮਲ ਪਲਾਂਟਾਂ ਦੀ ਆਪਾਂ ਗੱਲ ਕਰ ਲਈਏ, ਚਾਹੇ ਜਿਹੜੀ ਪਿਛਵਾੜਾ ਕੋਲ ਮਾਈਨ ਹੈ ਉਹ ਨਹੀਂ ਚਾਲੂ ਹੋਈਗੀ ਉਹਦੇ ਕਰਕੇ ਗੱਲ ਕਰ ਲਈਏ, ਚਾਹੇ ਜਿਹੜੇ ਕੋਲ ਦੇ ਵਾਸ਼ਿੰਗ ਟਰਾਂਸਪੋਰਟੇਸ਼ਨ ਚਾਰਜਿਸ ਨੇ ਉਹਦੀ ਆਪਾਂ ਗੱਲ ਕਰ ਲਈਏ, ਚਾਹੇ ਨੈੱਟ ਟਰਾਂਸਮਿਸ਼ਨ ਐਂਡ ਡਿਸਟ੍ਰੀਬਿਊਸ਼ਨ ਲੋਸਿਸ ਜਿਹੜੇ ਕਿ ਅੱਜ ਮੁਲਕ ਦੇ ਵਿੱਚੋਂ ਸਭ ਤੋਂ ਵੱਧ ਜੇ ਹਾਈਐਸਟ ਕਿਤੇ ਹੈਗੇ ਤਾਂ ਪੰਜਾਬ ਦੇ ਵਿੱਚ ਨੇ, ਉਹਦੀ ਆਪਾਂ ਗੱਲ ਕਰ ਲਈਏ, ਇਹ ਤਕਰੀਬਨ 6-7,000 ਕਰੋੜ ਬਣ ਜਾਂਦਾ ਹੈ। ਜੇ ਇਹ 6-7,000 ਕਰੋੜ ਰੁਪਇਆ ਅਸੀਂ ਸਹੀ ਚੰਗੇ ਪ੍ਰਬੰਧਨ ਦੇ ਨਾਲ ਅਸੀਂ ਬਚਾ ਕੇ ਪੰਜਾਬ ਦੇ 55 ਲੱਖ ਘਰਾਂ ਨੂੰ ਇਹਦਾ ਐਡਵਾਂਟੇਜ ਦੇ ਦਿੰਦੇ ਹਾਂ 300 ਰੁਪਏ 300 ਯੂਨਿਟ ਪ੍ਰਤੀ ਮਹੀਨਾ, ਅਤੇ 'ਚ ਨੁਕਸਾਨ ਕੀ ਹੈ? ਜੇ ਅਸੀਂ ਲੋਕਾਂ ਦੇ ਉੱਪਰ ਖਜ਼ਾਨੇ ਦੇ ਉੱਪਰ ਬੋਝ ਪਾ ਕੇ ਲੋਕਾਂ ਨੂੰ ਫ੍ਰੀਬੀਜ਼ ਵੰਡੀਏ ਉਹ ਗਲਤ ਹੈ। ਪੈਸਾ ਬਚਾ ਕੇ ਲੋਕਾਂ ਨੂੰ ਸਹੂਲਤ ਦੇਣ ਦਾ ਤਾਂ ਖਰਚ ਨਹੀਂ ਹੈਗਾ। ਥਰਮਲ ਪਲਾਂਟਾਂ ਦੀ ਗੱਲ ਕੀਤੀ, ਪਿਛਲੇ ਮਹੀਨਿਆਂ ਦੇ ਵਿੱਚ ਇਹ ਬੜਾ ਗਰਮਾਇਆ ਰਿਹਾ ਮੁੱਦਾ, ਉਸ ਨੂੰ ਇੱਕ ਸਵਾਲ ਯਾਦ ਆਉਂਦਾ ਕਿ ਸਿਆਸੀ ਪਾਰਟੀਆਂ, ਹਾਲਾਂਕਿ ਦਲਜੀਤ ਸਿੰਘ ਚੀਮਾ ਹੋਰੀ ਕਹਿੰਦੇ ਕਿ ਸਾਰੀਆਂ ਸਿਆਸੀ ਪਾਰਟੀਆਂ ਫੰਡ ਲੈਂਦੀਆਂ ਨੇ ਵੱਡੀਆਂ ਵੱਡੀਆਂ ਕੰਪਨੀਆਂ ਤੋਂ ਜਿਹੜੀਆਂ ਪਾਵਰ ਪਲਾਂਟ ਵੀ ਲਾਉਂਦੀਆਂ ਨੇ, ਤਾਂ ਕਾਂਗਰਸ ਥੋੜ੍ਹਾ ਇਸ ਕਰਕੇ ਰੋ ਰਹੀ ਆ ਕਿ ਉਹਨਾਂ ਨੇ ਜਿਹੜੀ ਪਾਰਟੀ ਨਾਲ ਰੌਲਾ ਚੱਲਿਆ ਉਹਨਾਂ ਤੋਂ ਵੱਧ ਫੰਡ ਲੈ ਲਿਆ। ਸਿਆਸੀ ਪਾਰਟੀਆਂ ਦੇ ਇਸ ਤਰ੍ਹਾਂ ਕੰਪਨੀਆਂ ਤੋਂ ਫੰਡ ਲੈਣੇ ਕਿੰਨੇ ਕੁ ਜਾਇਜ਼ ਨੇ? ਤੁਹਾਨੂੰ ਨਹੀਂ ਲੱਗਦਾ ਕਿ ਬਾਅਦ ਦੇ ਵਿੱਚ ਫਿਰ ਉਹ ਮਨਮਰਜ਼ੀ ਕਰਦੇ ਨੇ ਅਤੇ ਮਨਮਰਜ਼ੀ ਪਗਾਉਂਦੀਆਂ ਵੀ ਨੇ ਸਰਕਾਰਾਂ ਉਹਨਾਂ ਦੀ? ਅਸੀਂ ਹੋਰ ਭਾਈ ਸਾਹਿਬ 4-5 ਸਾਲਾਂ ਤੋਂ ਕੀ ਕਹਿ ਰਹੇ ਹਾਂ, ਸਰ ਦਲਜੀਤ ਸਿੰਘ ਚੀਮਾ ਜੀ ਬਿਲਕੁਲ ਸਹੀ ਕਹਿ ਰਹੇ ਨੇ ਅਤੇ ਆਪਦੇ ਐਕਸਪੀਰੀਅੰਸ ਤੋਂ ਕਹਿ ਰਹੇ ਨੇ, ਕਿਉਂਕਿ ਜਦੋਂ ਇਹ ਪਾਵਰ ਪਲਾਂਟ ਲੱਗੇ ਸੀਗੇ ਉਦੋਂ ਅਕਾਲੀ ਦਲ ਦੇ ਰਾਜ ਦੇ ਵਿੱਚ ਲੱਗੇ ਸੀਗੇ, ਚੀਮਾ ਸਾਹਿਬ ਉਹਨਾਂ ਦੀ ਸਰਕਾਰ ਦੇ ਵਿੱਚ ਲੱਗੇ ਸੀਗੇ, ਉਹਨਾਂ ਲੋਕਾਂ ਕੋਲ ਮੋਟੇ ਪੈਸੇ ਆਏ ਹੋਣਗੇ, ਉਹ ਉਸੇ ਤਜਰਬੇ ਤੋਂ ਬੋਲ ਰਹੇ ਨੇ। ਸਾਨੂੰ ਤਾਂ ਇਹ ਕਰਪਟ, ਇਹ ਮਾੜੀਆਂ ਨੀਤੀਆਂ, ਇਹ ਹਰਾਮ ਦਾ ਪੈਸਾ ਜਿਹੜਾ, ਸਾਨੂੰ ਤਾਂ ਨਾ ਸਮਝ ਆਉਂਦਾ ਅਤੇ ਨਾ ਬਰਦਾਸ਼ਤ ਹੈ। ਇਸੇ ਲੁੱਟ ਘਸੁੱਟ ਦੇ ਦੌਰ ਨੂੰ ਖਤਮ ਕਰਨ ਦੇ ਲਈ ਤਾਂ ਆਮ ਆਦਮੀ ਪਾਰਟੀ ਲੜਾਈ ਲੜ ਰਹੀ ਹੈ। ਹੁਣ ਇਹ ਤਾਂ ਪੰਜਾਬ ਦੇ ਲੋਕਾਂ ਨੇ ਦੇਖਣਾ ਹੈ ਕਿ ਸਾਡੀ ਗੱਲ ਨੂੰ ਸਿਰ ਮੱਥੇ ਪ੍ਰਵਾਨ ਕਰਕੇ ਮੌਕਾ ਇੱਕ ਦਿੰਦੇ ਨੇ ਕਿ ਨਹੀਂ ਦਿੰਦੇ, ਤਾਂ ਲੋਕਾਂ ਨੇ ਦੇਖਣਾ। ਹਾਲਾਂਕਿ ਸਵਾਲ ਤੁਹਾਨੂੰ ਨਹੀਂ ਬਣਦਾ, ਪਰ ਇੱਕ ਜਿਹੜੀਆਂ ਅਫਵਾਹਾਂ ਨੇ ਜਾਂ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾਵਾਂ ਨੇ, ਮੀਡੀਆ ਦੇ ਗਲਿਆਰਿਆਂ ਦੇ ਵਿੱਚ ਇੱਕ ਚਰਚਾਵਾਂ ਚੱਲ ਰਹੀਆਂ ਨੇ ਕਿ ਭਗਵੰਤ ਮਾਨ ਨਾਰਾਜ਼ ਚੱਲ ਰਹੇ ਨੇ, ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਨਹੀਂ ਅਨਾਊਂਸ ਕਰ ਰਹੇ, ਤੁਹਾਡਾ ਕੀ ਇਹਦੇ ਬਾਰੇ ਕਹਿਣਾ? ਮੈਂ ਤੁਹਾਡੀ ਪਹਿਲਾਂ ਜਿੱਥੋਂ ਤੁਸੀਂ ਸਵਾਲ ਸ਼ੁਰੂ ਕੀਤਾ ਸੀਗਾ ਕਿ ਸਵਾਲ ਮੈਨੂੰ ਕਰਨਾ ਨਹੀਂ ਬਣਦਾ, ਪਰ ਗਲਿਆਰਾਂ ਦੇ ਗਲਿਆਰੇ ਚੱਲਣ ਵਾਸਤੇ ਹੁੰਦੇ ਨਹੀਂ ਜੀ, ਅਤੇ ਗੱਲਾਂ ਹੋਣ ਵਾਸਤੇ ਹੁੰਦੀਆਂ ਨੇ, ਚੱਲੀ ਜਾਣ ਦਿਓ। ਮੇਰੀ 2-4 ਵਾਰੀ ਗੱਲ ਹੋਈ ਹੈ ਭਗਵੰਤ ਮਾਨ ਜੀ ਨਾਲ, ਮੈਨੂੰ ਤਾਂ ਨਹੀਂ ਇਹੋ ਜਿਹੀ ਕੋਈ ਗੱਲ ਲੱਗੀ ਹੈਗੀ ਕਿ ਉਹ ਨਾਰਾਜ਼ ਨੇ। ਸੋ ਇਸ ਕਰਕੇ ਬਾਕੀ ਚਰਚਾਵਾਂ ਗੱਲਾਂ ਭਾਈ ਚੱਲਣ ਵਾਸਤੇ ਹੁੰਦੀਆਂ ਨੇ, ਚੱਲੀ ਜਾਣ ਦਿਓ। ਜਾਂਦੇ ਜਾਂਦੇ ਆਖਰੀ ਸਵਾਲ, ਬਹੁਤ ਸਾਲਾਂ ਤੋਂ ਅਸੀਂ ਇਹ ਦੇਖਦੇ ਆ ਰਹੇ ਹਾਂ, ਤੁਹਾਡੇ ਪਿਤਾ ਜੀ ਵੀ ਰਾਜਨੀਤੀ ਦੇ ਵਿੱਚ ਸੀਗੇ, ਉਦੋਂ ਇੱਕ ਸਿਆਸਤਦਾਨਾਂ ਦੀ ਇੱਕ ਭਾਸ਼ਾ ਦਾ ਮਿਆਰ ਹੁੰਦਾ ਸੀਗਾ ਗੱਲਬਾਤ ਕਰਨ ਦਾ, ਜੇ ਇੱਕ ਦੂਜੇ ਬਾਰੇ ਗੱਲ ਕਹਿਣੀ ਵੀ ਆ, ਪਰ ਹੁਣ ਕਿਤੇ ਨਾ ਕਿਤੇ ਉਹ ਜਿਹੜਾ ਭਾਸ਼ਾ ਦਾ ਜਿਹੜਾ ਮਿਆਰ ਆ ਉਹ ਗਿਰਦਾ ਜਾ ਰਿਹਾ। ਕੀ ਕਹਿਣਾਗੇ, ਕੀ ਕਹਿਣਾ ਚਾਹੋਗੇ ਇਸ ਬਾਰੇ? ਭਾਵੇਂ ਵਿਧਾਨ ਸਭਾ ਦੇ ਸੈਸ਼ਨਾਂ ਦੀ ਗੱਲ ਕਰ ਲਈਏ, ਭਾਵੇਂ ਮੀਡੀਆ ਦੇ ਵਿੱਚ ਇੱਕ ਦੂਜੇ ਵਿਰੁੱਧ ਤੰਜ ਕੱਸੇ ਜਾਂਦੇ ਨੇ ਉਹਦੀ ਗੱਲ ਕਰ ਲਈਏ, ਜਿਹੜਾ ਭਾਸ਼ਾ ਦਾ ਮਿਆਰ ਆ ਉਹ ਅਸੀਂ ਹਾਲਾਂਕਿ ਇਹ ਐਕਸੈਪਟ ਕਰਦੇ ਹਾਂ ਕਿ ਸਾਹਮਣੇ ਵਾਲੇ ਦਾ ਭਾਸ਼ਾ ਦਾ ਮਿਆਰ ਬਹੁਤ ਚੰਗਾ ਹੋਵੇ, ਮੇਰਾ ਵੀ ਚੰਗਾ ਹੋਵੇ, ਪਰ ਸਿਆਸਤ ਦੇ ਵਿੱਚ ਜਿਹੜਾ ਭਾਸ਼ਾ ਦਾ ਮਿਆਰ ਆ ਉਹ ਦਿਨੋਂ ਦਿਨ ਗਿਰਦਾ ਜਾ ਰਿਹਾ। ਦੇਖੋ, ਇਹੀ ਤਾਂ ਮੰਦਭਾਗਾ ਹੈ ਪੰਜਾਬ ਦੇ ਲਈ ਕਿ ਸਿਆਸਤ ਦਾ ਅਤੇ ਸਿਆਸਤ ਦੀ ਬੋਲੀ ਦਾ ਜਿਹੜਾ ਉਹ ਮਿਆਰ ਹੈ ਗਿਰਦਾ ਜਾ ਰਿਹਾ ਹੈ। ਕੰਮਕਾਰ ਲੀਡਰ ਨੇ ਜਿਹੜੇ ਪਾਰਟੀਆਂ ਉਹ ਕਰਨੋਂ ਛੱਡਣੀਆਂ ਅਤੇ ਸਿਰਫ ਦੂਜੇ ਨੂੰ ਮਾੜਾ ਬੋਲ ਕੇ ਜਾਂ ਮਾੜੀ ਸ਼ਬਦਾਵਲੀ ਵਰਤ ਕੇ ਉਹ ਕਹਿੰਦੇ ਨੇ ਕਿ ਅਸੀਂ ਆਪਦੇ ਉਹਨੂੰ ਪਾਕ ਸਾਫ਼ ਸਾਬਤ ਕਰ ਲਾਂਗੇ, ਇਹ ਬਹੁਤ ਮੰਦਭਾਗ ਹੈ, ਇਹ ਨਹੀਂ ਹੋਣਾ ਚਾਹੀਦਾ ਹੈਗਾ। ਮੈਂ ਇਹ ਮੰਨ ਕੇ ਚੱਲਦਾ ਕਿ ਜੇ ਤੁਸੀਂ ਪਿਆਰ ਸਤਿਕਾਰ ਮਾਣ ਹੈ ਜਿਹੜਾ ਉਹ ਕਦੇ ਘੱਟਦਾ ਨਹੀਂ ਹੈਗਾ, ਜੇ ਤੁਸੀਂ ਕਿਸੇ ਨੂੰ 2 ਵਾਰੀ ਜੀ ਕਹੋਗੇ ਤਾਂ ਅਗਲਾ 4 ਵਾਰੀ ਜੀ ਮੁੜ ਕੇ ਤੁਹਾਨੂੰ ਕਹੂਗਾ। ਆਪਦੇ ਇਸ਼ੂਜ਼ ਨੇ ਜਿਹੜੇ, ਆਪਦੀ ਆਈਡੀਓਲੋਜੀ ਜਿਹੜੀ ਉਹਦੇ ਉੱਪਰ ਪੱਕਾ ਰਹਿਣਾ ਚਾਹੀਦਾ, ਅਤੇ ਸ਼ਬਦਾਵਲੀ ਦਾ, ਭਾਸ਼ਾ ਦੀ ਮਰਿਆਦਾ ਜਿਹੜੀ ਉਹ ਬੰਦੇ ਨੂੰ ਕਦੇ ਨਹੀਂ ਭੁੱਲਣੀ ਚਾਹੀਦੀ ਹੈਗੀ, ਕਿਉਂਕਿ ਲੋਕ ਨੇ ਜਿਹੜੇ ਉਹ ਲੀਡਰਾਂ ਨੂੰ, ਰਾਜਨੇਤਾਵਾਂ ਨੂੰ ਆਪਦੇ ਆਈਡਲ ਵਜੋਂ ਦੇਖਦੇ ਨੇ।
ਜੇ ਲੀਡਰਾਂ ਨੂੰ ਹੀ ਮਰਿਆਦਾ ਦਾ ਦਾ ਨਹੀਂ ਪਤਾ ਰਹੂਗਾ, ਖਿਆਲ ਰਹੂਗਾ, ਤਾਂ ਫਿਰ ਤਾਂ ਮੈਸੇਜ ਮਾੜਾ ਹੀ ਜਾਣਾ ਹੈ। ਸੋ ਇਹ ਅਨਫੋਰਚੁਨੇਟ ਨਹੀਂ ਹੋਣਾ ਚਾਹੀਦਾ ਹੈਗਾ। ਜੇ ਕਿਸਾਨ ਮੋਰਚਾ ਜ਼ਮੀਨੀ ਪੱਧਰ 'ਤੇ ਆ ਕੇ ਕੋਈ ਨਹੀਂ ਫੈਸਲਾ ਲੈਂਦਾ ਵੀ ਕਿ ਜਿਹੜਾ ਵਿਰੋਧ ਆ ਕਾਂਗਰਸ ਪ੍ਰੋਗਰਾਮ ਨਾ ਕਰੇ, ਤਾਂ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਜਾਂ ਸਾਰਿਆਂ ਨੂੰ ਕਰਨ ਦਿਓ ਜਾਂ ਕਿਸੇ ਨੂੰ ਵੀ ਨਾ ਕਰਨ ਦਿਓ, ਤਾਂ ਤੁਹਾਡੇ ਵੱਲੋਂ ਕੀ ਰਣਨੀਤੀ ਰਹੂਗੀ ਅੱਗੇ? ਇਹ ਤਾਂ ਜੀ ਹਾਈਪੋਥੈਟੀਕਲ ਸਵਾਲ ਹੈ। ਇਹ ਤਾਂ ਪਹਿਲਾਂ ਕਿਸਾਨ ਜਥੇਬੰਦੀਆਂ ਜੇ ਫੈਸਲਾ ਕਰਦੀਆਂ ਨੇ ਜਾਂ ਨਹੀਂ ਕਰਦੀਆਂ, ਤਾਂ ਉਹਨਾਂ ਦੇ ਉੱਪਰ ਡਿਪੈਂਡ ਕਰਦੇ। ਅਸੀਂ ਤਾਂ ਹੱਥ ਜੋੜ ਕੇ ਬੇਨਤੀ ਹੀ ਕਰ ਸਕਦੇ ਹਾਂ ਅਤੇ ਉਹ ਕਰ ਦਿੱਤੀ ਹੈ। ਹੁਣ ਜੇ ਉਹ ਕਰਦੇ ਨੇ ਫੈਸਲਾ, ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਨੇ, ਤਾਂ ਉਹਨਾਂ ਦਾ ਖਿੜੇ ਮੱਥੇ ਫੈਸਲਾ ਪ੍ਰਵਾਨ ਕਰਾਂਗੇ, ਹੱਥ ਜੋੜ ਕੇ ਧੰਨਵਾਦ ਕਰਾਂਗੇ। ਜੇ ਉਹ ਨਹੀਂ ਕਰਦੇ ਹੈਗੇ, ਫਿਰ ਅਸੀਂ ਆਮ ਆਦਮੀ ਪਾਰਟੀ ਦੀ ਕੀ ਰਣਨੀਤੀ ਬਣਾਉਣੀ ਹੈ, ਤਾਂ ਪਾਰਟੀ ਲੈਵਲ ਦੇ ਉੱਪਰ ਤੈਅ ਹੋਊਗਾ। ਮੈਂ ਇੰਡੀਵਿਜੁਅਲ ਕਿਵੇਂ ਦੱਸ ਸਕਦਾ? ਬਹੁਤ ਸ਼ੁਕਰੀਆ ਮਿਹਰਬਾਨੀ। ਇਹ ਸੀਗੇ ਸਾਡੇ ਨਾਲ ਆਮ ਆਦਮੀ ਪਾਰਟੀ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਜੀ। ਸਾਫ਼ ਤੌਰ 'ਤੇ ਉਹਨਾਂ ਨੇ ਕਿਹਾ ਕਿ ਜਾਂ ਤਾਂ ਸੰਯੁਕਤ ਕਿਸਾਨ ਮੋਰਚਾ ਸਾਰੀਆਂ ਪਾਰਟੀ ਨੂੰ ਪ੍ਰੋਗਰਾਮ ਕਰਨ ਦੇਵੇ ਜਾਂ ਕਿਸੇ ਨੂੰ ਵੀ ਨਾ ਕਰਨ ਦੇਵੇ। ਸੋ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਮੋਰਚਾ ਇਸ ਉੱਪਰ ਕਿਹੋ ਜਿਹੇ ਫੈਸਲੇ ਲੈਂਦਾ। ਹਾਲਾਂਕਿ ਕਿਸਾਨ ਮੋਰਚਾ ਜ਼ਬਾਨੀ ਆ ਜਿਹੜਾ ਵਿਰੋਧ ਜ਼ਰੂਰ ਕਰਦਾ ਨਜ਼ਰ ਆ ਰਿਹਾ ਕਾਂਗਰਸ ਦਾ ਕਿ ਜਿਹੜੇ ਸਿਆਸੀ ਪ੍ਰੋਗਰਾਮ ਨੇ ਉਹ ਨਾ ਕੀਤੇ ਜਾਣ, ਪਰ ਜ਼ਮੀਨੀ ਪੱਧਰ 'ਤੇ ਕੀ ਐਕਸ਼ਨ ਲੈ ਜਾਣਗੇ ਇਹ ਦੇਖਣ ਯੋਗ ਹੋਵੇਗਾ। ਸੋ ਬਾਕੀ ਖਬਰਾਂ ਦੇ ਲਈ ਜੁੜੇ ਰਹੋ ਪ੍ਰਵਾਸੀ ਟੀਵੀ ਦੇ ਨਾਲ। ਕੈਮਰਾਮੈਨ ਸੋਨੂੰ ਜਾਸਲਾ ਦੇ ਨਾਲ ਮੈਂ ਸਫ਼ਰ ਰੰਧਾਵਾ, ਚੰਡੀਗੜ੍ਹ ਤੋਂ।